ਹਾਂਜੀ ਦੋਸਤੋ ਤੁਹਾਡੇ ਵਾਸਤੇ ਪਲੱਸ 2 ਦਾ ਰੀਅਲ ਵਾਲਾ ਪੇਪਰ ਲੈ ਕੇ ਆ ਗਿਆ ਜਿਹੜਾ 4 ਅਕਤੂਬਰ ਨੂੰ ਤੁਹਾਡਾ ਹੋਣਾ ਹੈ ਠੀਕ ਹੈ ਜੀ ਤੇ ਸਾਰਾ ਪੇਪਰ ਤੁਹਾਨੂੰ ਸੋਲਵ ਕਰਵਾਉਂਗਾ ਕਿਸੇ ਵੀ 파ਰਟ ਤੇ ਸਕਿਪ ਨਾ ਕਰਿਓ ਕੱਲਾ ਕੱਲਾ ਕੁਐਸਚਨ ਦੀ ਐਕਸਪਲੇਨੇਸ਼ਨ ਵੀ ਨਾਲ-ਨਾਲ ਮੈਂਸ਼ਨ ਕਰੂੰਗਾ ਕਿ ਕਿਉਂ ਇਹਦਾ ਆਨਸਰ ਕੀ ਹੈ ਠੀਕ ਹੈ ਜੀ ਰੀਅਲ ਵਾਲਾ ਪੇਪਰ ਹੋਊਗਾ ਕੱਲੇ-ਗੱੜਬਾੜ ਨੂੰ ਧਿਆਨ ਨਾਲ ਸਮਝਿਓ ਤੇ ਅੱਗੇ ਫਰੈਂਡਸ ਨਾਲ ਸ਼ੇਅਰ ਕਰ ਦਿਓ ਸਟਾਰਟ ਕਰਾਂਗੇ ਬੱਚੇ ਹੁਣ ਤੁਹਾਨੂੰ ਪਤਾ ਹੀ ਹੋਊਗਾ ਲਾਸਟ ਇਅਰ ਨਾਲੋਂ ਪੈਟਰਨ ਥੋੜਾ ਜਿਹਾ ਚੇਂਜ ਹੋ ਚੁੱਕਾ ਹੈ ਨਾ ਬਸ ਐਮਸੀਕਿਊ ਆਉਣ let a function belongs to real number to real number be defined at f(x) x2 4 choose the correct option but dekho eta correct option dassna hai da main thanu pehla do gallan dass denda ki one one li apa ki check karde ha kyunki one marks kiyan da main thanu usay according dassna jana je man lo aa do main box bana rahe ha ta one one da function hunda hai ek pre image li ikko hi saadi image ban di hove kinni ban di hove sirf ek ਇੱਕ ਵੈਲਿਊ ਦੀ ਕੋਈ ਕੀ ਬਣਦੀ ਹੋਵੇ ਇਮੇਜ ਬਣਦੀ ਹੋਵੇ ਲੇਕਿਨ ਇੱਥੇ ਅਗਰ ਤੁਸੀਂ ਗੱਲ ਕਰੋਗੇ ਫੰਕਸ਼ਨ ਕਿਥੋਂ ਰੀਅਲ ਨੰਬਰ ਤੋਂ ਆ ਅਗਰ -2 ਤੇ ਇੱਥੇ 2 ਪਿਆ ਹੋਊਗਾ ਆਬਵੀਅਸਲੀ ਆ ਵੀ ਰੀਅਲ ਨੰਬਰ ਤੋਂ ਆ ਵੀ ਗਿਆ ਰੀਅਲ ਨੰਬਰ ਤੋਂ ਆ -2 ਦੀ ਮਾਈਨਸ 3 ਫਾਰਮਾ ਫੰਕਸ਼ਨ ਲਾਉਂਗਾ x 4 2 4 ਕਿੰਨਾ ਹੋ ਜਾਵੇਗਾ 16 ਹੋ ਜਾਏਗਾ ਤੇ 2 ਦੀ ਅਨਸਰ ਵੀ ਕਿੰਨਾ ਆ ਜਾਏਗਾ 16 ਆਏਗਾ ਦੋਨੋਂ ਇੱਕ ਹੀ ਐਂਡ ਦੇ ਪੋਲੀਡਿਵਾਨਗੇ ਦੇਖੋ ਇੱਕ ਦੇ ਕਿ ਆ ਰਹੀਆਂ ਦੋ ਦੋ ਪ੍ਰੀ ਇਮੇਜਿਸ ਦੀ ਇੱਕ ਇਮੇਜ ਆ ਰਹੀ ਹੈ ਇਹਦਾ ਮਤਲਬ ਇਹ 1 1 ਤਾਂ ਹੈ ਨਹੀਂ ਠੀਕ ਹੈ ਜੀ 1 1 ਵਾਲਾ ਆਪਸ਼ਨ ਤਾਂ ਦੋਨੋਂ ਦੇ ਵਿੱਚੋਂ ਕੈਨਸਲ ਹੀ ਹੋ ਗਿਆ ਬੱਚਿਆ ਆਹ ਤੇ ਆ ਹੁਣ ਗੱਲ ਕਰਦੇ ਆ ਔਨ ਟੂ ਦੇ ਫੰਕਸ਼ਨ ਦੀ ਗੱਲ ਕਰਦੇ ਆ ਔਨ ਟੂ ਦਾ ਮਤਲਬ ਹੁੰਦਾ ਕਿ ਜਿਹੜੀ ਇਹਦੀ ਰੇਂਜ ਤੇ ਕੋਡ ਮੇਂ ਆਪਸ ਦੇ ਵਿੱਚ ਕੀ ਹੋਣੀ ਚਾਹੀਦੀਆਂ ਨੇ ਸੇਮ ਹੋਣੀਆਂ ਚਾਹੀਦੀਆਂ ਨੇ ਹੁਣ ਇੱਕ ਚੀਜ਼ ਬਟ ਕੋਈ ਵੀ ਇੱਥੇ ਵੀ ਇੱਥੇ ਵੀ ਉਹੀ ਮਾਈਨਸ 2 ਵਾਲੀ ਗੱਲ ਕਰੋ ਬਟ ਮੈਂ ਕਿਸੇ ਵੀ ਨੰਬਰ ਦੇ ਉੱਤੇ ਜਦੋਂ ਪਾਵਰ ਈਵਨ ਨੰਬਰ ਲਾਉਂਗਾ x ਦੀ ਪਾਵਰ 4 ਕੀ ਕਰੇ ਵੀ ਮੈਨੂੰ ਨੈਗੇਟਿਵ ਵਾਲਾ ਆਨਸਰ ਮਿਲੂਗਾ ਨਹੀਂ ਮਿਲੂਗਾ ਯਾਨੀ ਕਿ -3 ਦੀ ਕੋਈ ਵੀ ਪ੍ਰੀ ਇਮੇਜ ਸਾਨੂੰ ਨਹੀਂ ਮਿਲੂਗੀ। ਯਾਨੀ ਕਿ ਪ੍ਰੀ ਇਮੇਜ ਨਹੀਂ ਹੈ ਕਿਤਾ ਇਹੋ ਜਿਹਾ ਫੰਕਸ਼ਨ ਕੀ ਹੋਊਗਾ ਸਰਾ ਔਨ ਟੂ ਵੀ ਨਹੀਂ ਹੋਊਗਾ। ਤਾਂ ਫੰਕਸ਼ਨ ਕੀ ਹੋ ਜੂਗਾ ਨਾ ਤਾਂ ਇਹ 1 1 ਹੋਊਗਾ ਨਾ ਕਿ ਹੋਊਗਾ ਔਨ ਟੂ ਹੋਊਗਾ। ਅਗਲਾ ਕੁਐਸਚਨ ਆਜੋ f(x) ਦਿੱਤਾ ਹਾ log x g(x) ਦਿੱਤਾ ਹੈ x2 g(f(x)) ਸਰ ਮਾਜੀ ਮੈਂ ਇੱਥੇ ਦੇਖੋ f ਪਹਿਲਾਂ ਕੀ ਇੱਥੇ ਲਿਖਿਆ ਹੈ g(x) ਲਿਖਿਆ ਹੈ g(x) ਦੀ ਵੈਲਿਊ ਕੀ ਨਹੀਂ ਇੱਥੇ x2 ਲਿਖ ਦੋ। ਹੁਣ ਜਿਹੜਾ f(x) ਸੀਗਾ ਹੁਣ x ਦੀ ਜਗ੍ਹਾ ਸਾਡੇ ਕੋਲ ਕੀ x2 ਜਿੱਥੇ ਆ log x ਹੈ। log बस x ਜਗ੍ਹਾ ਕੀ ਬਾਦੋਂ x² ਹੋਣਾ ਸਾਨੂੰ ਪਤਾ ਹੈ log m n ਕੀ ਹੁੰਦਾ 2 ਅੱਗੇ ਆ ਜਾਂਦਾ log x ਤਾਂ 2 log x ਦਾ ਕੀ ਹੋ ਜੂਗਾ கரੈਕਟ ਆਪਸ਼ਨ ਹੋ ਜੂਗਾ ਅਗਲੀ ਗੱਲ ਕਰ ਲੈਂਦੇ ਆਪਾਂ ਬੱਚੇ tan in uh, √3 secant inverse this ਤਾਂ tan ਦੀ ਵੈਲਿਊ √3 ਬੱਚੇ ਕਿਹੜੇ ਐਂਗਲ ਤੇ ਹੁੰਦੀ ਹੈ ਤਾਂ tan ਦੀ ਵੈਲਿਊ √3 60 ਤੇ ਹੁੰਦੀ ਹੈ 60 ਦਾ ਮਤਲਬ π/3 ਹੋ ਜੂਗਾ ਠੀਕ ਹੈ ਜੀ sin ਪਾ ਲਿਆ ਬ੍ਰੈਕਟ ਹੁਣ ਆ ਕੀ ਦਿੱਤਾ secant inverse 2 ਹੁਣ ਆਪ ਤੁਸੀਂ ਆ ਫਾਰਮੂਲਾ ਤਾਂ ਪੜਿਆ ਹੋਊਗਾ हां मैं दानु इथे दिखा दन्ना secant inverse x secant inverse x ਕਾ ਦੇ ਬਰਾਬਰ ਹੁੰਦਾ ਹੈ π secant inverse x ਦੇ ਇਕਲ ਹੋ ਜਾਂਦਾ ਠੀਕ ਹੈ ਜੀ ਤਾਂ ਆ ਦੇਖੋ ਹੁਣ ਇੱਥੇ ਕੀ ਆ ਜੂਗਾ π ਅ ਇੱਕ ਸੈਕਿੰਡ ਤੁਹਾਨੂੰ ਆ ਉਸੇ ਸਕਰੀਨ ਦੇ ਉੱਤੇ ਦਿਖਾ ਦਿੰਨਾ ਹੈ ਨਾ ਆਹ ਕੁਐਸਚਨ ਸੀਗਾ tan inverse √3 secant inverse 2 ਉੱਥੇ ਨਾਲ ਕਲੀਅਰ ਨਹੀਂ ਆ ਰਹਾ ਸੀ ਤਾਂ tan ਦੀ ਵੈਲਿਊ √3 ਕਿਹੜੇ ਐਂਗਲ ਤੇ ਹੁੰਦੀ ਆ π/3 ਤੇ ਤਾਂ ਇਹਨੂੰ ਕੀ ਲਿਖ ਦਾਂਗੇ π secant inverse 2 ਲਿਖ ਦਾਂਗੇ ਫਾਰਮੂਲਾ ਹੁੰਦਾ ਭਾਈ ਇਹ π/3 ਆ ਗਿਆ π 9 10 होजूगा सेकेन्ट इन्वर्स 2 ਹੁਣ ਸੇਕੇन्ट ਵੈਲਿਊ 2 ਕਿਹੜੇ ਤੇ ਹੁੰਦੀ ਹੈ ਤਾਂ ਐ ਨਹੀਂ ਆਉਂਦਾ ਐ ਯਾਦ ਕਰ ਲਓ ਕਿ ਭਾਈ ਕੋਸ ਦੀ ਵੈਲਿਊ 1/2 ਕਿਹੜੇ ਤੇ ਹੁੰਦੀ ਹੈ ਕੋਸ ਦੀ ਵੈਲਿਊ 1/2 ਵੀ ਕਿੱਥੇ ਹੁੰਦੀ ਹੈ 60 ਤੇ ਹੁੰਦੀ ਹੈ ਕਿੱਥੇ ਹੁੰਦੀ ਹੈ 60 ਤੇ 60 ਦਾ ਮਤਲਬ π/3 ਤਾਂ ਇੱਥੇ ਕਿੰਨਾ ਆਨਸਰ ਆਜੂਗਾ π/3 ਹੁਣ ਇਹਨੂੰ ਸੋਲਵ ਕਰ ਲਓ 1 ਲੈ ਕੇ ਐਲਸੀਮ ਲੈ ਲਓ ਕਿੰਨਾ ਆਜੂਗਾ 3 ਆਜੂਗਾ ਤੇ ਆਜੂਗਾ π ਇੱਥੇ ਐਲਸੀਮ ਲਓਗੇ ਕਿੰਨਾ ਆਜੂਗਾ 3π ਆਜੂਗਾ ਅਗੇ ਨੇ ਇੱਥੇ π ਬਚੂਗਾ π π 2π ਹੋ ਗਿਆ ਯਾਨੀ -π/3 ਇਸ ਕੁਸ਼ਨ ਦਾ ਕੀ ਹੋਜੂਗਾ ਕਰੈ 1 ਸੈਕਿੰਡ অপশন B ਇਹਦਾ ਕੀ ਹੋ ਗਿਆ கரੈਕਟ অপশন ਹੋ ਗਿਆ ਅਗਲਾ ਆਜੋ cos cos ਹੁਣ ਤੁਹਾਨੂੰ ਇਹ ਫਾਰਮਾ ਚਲੋ cos ਆ ਦਿੱਤਾ ਹੋਇਆ ਹੈ cos of cos 7π/6 ਦਾ ਆਪਾਂ ਕੀ ਫਾਈਂਡ ਕਰਨਾ ਹੈ கரੈਕਟ ਆਨਸਰ ਫਾਈਂਡ ਕਰਨਾ ਹੈ ਹੁਣ ਤੁਹਾਡੇ ਦਿਲ 'ਚ ਤਾਂ cos ਇਨਵਰਸ ਲੱਗਿਆ ਹੋਣਾ ਇੱਕ ਪਾਸੇ ਇਨਵਰਸ ਨਹੀਂ ਲੱਗਿਆ ਹੋਇਆ ਚਲ ਕੇ ਇਸੇ ਪਾਸੇ ਇੱਕ ਪਾਸੇ ਇਨਵਰਸ ਲੱਗਿਆ ਹੁੰਦਾ ਐਂ ਮੰਨ ਲਓ ਇੱਥੇ ਇਨਵਰਸ ਹੈ ਹੁਣ ਆਪਾਂ ਫਾਰਮੂਲਾ ਪੜ੍ਹਿਆ cos ਇਨਵਰਸ ਜਿਹੜਾ cos x ਹੁੰਦਾ ਹੈ ਇਹ ਕੱਟ ਜਾਂਦੇ ਹੁੰਦੇ ਆਂ ਦਾ ਆਨਸਰ ਸਾਡੇ ਕੋਲ ਖਾਲੀ ਕਿੰਨਾ ਬਚਦਾ ਹੁੰਦਾ x ਬਚਦਾ ਹੁੰਦਾ ਲੇਕਿਨ ਇੱਥੇ ਜਿਹੜਾ x ਬਿਲੋਂਗ ਕਰਦਾ ਹੁੰਦਾ x ਬਿਲੋਂਗ ਕਰਨਾ ਚਾਹੀਦਾ 0 ਤੋਂ π/π ਦੇ ਵਿੱਚ ਹੁਣ ਜੇ ਮੈਂ ਇਹਨੂੰ ਕੱਢ ਦੂੰਗਾ ਤਾਂ ਇਹ ਤਾਂ π ਤੋਂ ਵੱਧ ਚਲਾ ਗਿਆ ਜਾਨੀ ਆ ਹੈਨਾ ਤਾਂ ਬ੍ਰੀਕ ਕਰਕੇ ਪਬਚ ਇਹਨੂੰ ਲਿਖ ਲਾਂਗੇ cos ਦੀ ਫਾਰਮ ਚ ਪਾਈ ਦੇ ਕੁਆਡਰੈਂਟ ਤੇ ਇਹਨੂੰ ਤੋੜ ਲਾਂਗੇ ਹੁਣ ਐ ਦੱਸੋ cos ਜਿਹੜਾ ਪੋਜ਼ਿਟਿਵ ਹੁੰਦਾ ਇੱਕ ਤਾਂ ਪਹਿਲੇ ਕੁਆਡਰੈਂਟ ਹੁੰਦਾ ਇੱਕ ਚੌਥੇ ਕੁਆਡਰੈਂਟ ਹੁੰਦਾ ਤਾਂ ਮੈਂ ਇਸ ਚੀਜ਼ ਨੂੰ ਚੌਥੇ ਕੁਆਡਰੈਂਟ ਚ ਲੈ ਕੇ ਚੱਲਾਂ ਕਿਉਂਕਿ ਅੰਦਰ ਤਾਂ ਸਾਰੀ ਚੀਜ਼ ਪੋਜ਼ਿਟਿਵ ਹੀ ਹੈ ਤੁਹਾਨੂੰ ਮੈਂ ਇੱਥੇ ਲਿਖ ਲਾਂ cos 2π 5π/6 ਉਹਨੂੰ ਚੈੱਕ ਕਰ ਲਓ ਇੱਥੇ ਐਲਸੀਮ ਲਓਗੇ 12 ਜੁਆ 12 5 7 ਹੈ ਨਾ 7/π/6 ਬਣਨ ਲੇਖ ਸਕਦੇ ਹਾਂ ਤਾਨੂੰ ਕਿਵੇਂ ਸੋਲਵ ਕਰੋਗੇ cos⁻¹ cos 2π ਤੇ ਚੇਂਜ ਹੁੰਦਾ ਨਹੀਂ ਹੁੰਦਾ cos ਦਾ cos ਆ ਜਾਂਦਾ ਐਨਾਕ ਤਾਂ ਬੇਸਿਕ ਮੈਨੂੰ ਆਈਡੀਆ ਹੋਊਗਾ ਤੁਸੀਂ ਮਤਲਬ 9ਵੀਂ ਚ ਪੜੇ 9ਵੀਂ ਕਹ ਰਹੇ ਆ +1 ਚ ਪੜੇ ਹੋਊਗਾ ਕਿ cos 2π ਤੇ ਚੇਂਜ ਨਹੀਂ ਹੁੰਦਾ ਨਾ 360 ਹੁਣ ਕੱਢ ਜੂਗਾ ਤਾਂ ਕਰੈਕਟ ਆਨਸਰ ਹੋਊਗਾ ਕੀ ਹੋ ਜਾਊਗਾ 5/6 ਜੋ ਕਿ ਇਸ ਰੇਂਜ ਦੇ ਅੰਦਰ ਵੀ ਆ ਰਿਹਾ ਤਾਂ ਦੇਖੋ 556 ਆਹਾ ਆਦੇ ਨਾਲ ਵਾਧਾ ਇਹਨੂੰ ਆਪਸ਼ਟ ਟਕਾ ਜਾਣਗੇ ਬਟ 556 ਦਾ ਕਰੈਕਟ ਆਪਸ਼ਨ ਹੋਣ ਵਾਲਾ ਹੈ ਅਗਲਾ ਜਿਹੜਾ ਪੰਜਵਾਂ ਕੁਐਸਚਨ ਹੈ ए बी दो ਪ੍ਰੋਡਕਟ ਆਫ ਟੂ ਮੈਟ੍ਰਿਕਸ ए बी सी बी ਤੇ ਸੀ ਦਾ ਆਰਡਰ ਦੱਤਾ ਹੋਇਆ ਹੁਣ ਦੇਖੋ ਬੱਚੇ ਮੈਂ ਇਦਾਂ ਲਿਖ ਦੇਣਾ ए ਤੇ ਆ ਬੀ ਤੈਨੂੰ ਮਲਟੀਪਲਾਈ ਕਰਕੇ ਸੀ ਆ ਰਿਹਾ ਸਾਨੂੰ ਬੀ ਦਾ ਆਰਡਰ ਦੱਤਾ ਹੈ ਉਹਦੇ ਪੈਚ ਆਰਡਰ ਚਪਕਾ ਦਿਓ 2 5 ਆ ਗਿਆ ਤੇ ਜਿਹੜਾ ਸੀ ਦਿੱਤਾ ਹੈ ਸੀ ਦਾ ਆਰਡਰ ਵੀ ਲਿਖ ਦਿਓ ਕਿੰਨਾ 5 5 ਹੁਣ ਆਪਾਂ ਇੱਕ ਚੀਜ਼ ਜਾਣਦੇ ਹਾਂ ਦੋ ਮੈਟ੍ਰਿਕਸ ਤਾਂ ਹੀ ਮਲਟੀਪਲਾਈ ਹੁੰਦੀਆਂ ਨੇ ਜਦੋਂ ਇਹ ਨੰਬਰ ਆਫ ਕਾਲਮ ਇਹਦੇ ਨੰਬਰ ਆ ਆ ਤਾਂ ਪਤਾ ਲੱਗ ਗਿਆ ਪਿੱਛੇ ਵਾਲਾ 2 ਐ ਤਾਂ ਹੁਣ ਬਸ ਮੂਰੇਲਾ ਨੰਬਰ ਫਾਈਂਡ ਕਰਨਾ ਤੇ ਨੰਬਰ ਆਪਸ ਚ ਕੱਟ ਜਾਂਦੇ ਨੇ ਤੇ ਬਚਦਾ ਗਿਆ 5x5 ਜਿਹੜਾ ਮੂਰੇਲਾ ਨੰਬਰ ਹੁੰਦਾ ਇਹ ਇੱਥੇ ਮੂਰੇ ਹੋਊਗਾ ਯਾਨੀ 5x2 ਐ ਤਾਂ ਕੀ ਹੋ ਜੂਗਾ ਕ੍ਰੈਫਟ ਆਨਸਰ ਹੋ ਜੂਗਾ ਨੰਬਰ ਆਫ ਪੋਸੀਬਲ ਮੈਟ੍ਰਿਕਸ ਆਫ 3x3 ਤਾਂ 3x3 ਕਿੰਨੇ ਨੰਬਰ ਦਿੱਤੇ ਹਨ ਦੋ ਦਿੱਤੇ ਹੋਏ ਨੇ ਤੇ 3 3 ਕਿੰਨਾ ਆਜੂਗਾ 9 ਤੇ 2 ਦੀ ਪਾਵਰ 9 512 ਹੁੰਦਾ 512 கரੈਕਟ ਆਪਸ਼ਨ ਉਸ ਤੋਂ ਬਾਅਦ ਆ ਗਿਆ ਅਗਲਾ ਕੁਸ਼ਚਨ ਹੈ ਥੋੜੀ ਜੀ ਸਕਰੀਨ ਨੂੰ ਇੱਥੋਂ ਆ ਜਿਹੜੀ ਚੀਜ਼ਾਂ ਨੇ ਇਹਨਾਂ ਨੂੰ ਲੈਟ ਵੀ ਕਲੀਅਰ ਕਰ ਲਈਏ ਠੀਕ ਹੈ ਜ ਜੇ ਫਿਰ ਵੀ ਕਿਸੇ ਕੁਐਸਚਨ ਦੇ ਵਿੱਚ ਤੁਹਾਡਾ ਡਾਊਟ ਰਹਿੰਦਾ ਹੋਵੇਗਾ ਤਾਂ ਤੁਸੀਂ ਨੀਚੇ ਕਮੈਂਟ ਦੇ ਵਿੱਚ ਆਨਸਰ ਕਰ ਲਿਓ ਠੀਕ ਹੈ ਜੀ ਬਟ ਸਭ ਤੋਂ ਪਹਿਲਾਂ ਜੇ ਵੀਡੀਓ ਤੁਸੀਂ ਦੇਖ ਰਹੇ ਹੋ ਹਲੇ ਤੱਕ ਦੇਖੀ ਜਾ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵਾਲਾ ਬਟਨ ਦਬਾਓ ਸਿੰਪਲ ਜੀ ਗੱਲ ਹੈ ਠੀਕ ਹੈ ਜੀ ਤੇ ਵੀਡੀਓ ਅਗਰ ਅੱਛੇ ਲੱਗ ਰਹੀ ਹੋਏ ਕੋਈ ਸਮਝ ਆ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਐਡਜੋਇੰਟ ਏ ਦਾ ਡਿਟਰਮਨੈਂਟ ਦੀ ਗੱਲ ਕਰ ਰਹੇ ਹਾਂ ਤਾਂ ਮੇਰੇ ਪਿਆਰੇ ਬੱਚੇ ਐਡਜੋਇੰਟ ਏ ਦਾ ਡਿਟਰਮਨੈਂਟ ਦਾ ਇੱਕ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਡਿਟਰਮਨੈਂਟ ਆਫ ਏ ਦੀ ਪਾਵਰ ਐਨ ਮਾਈਨਸ 1 ਜਿੱਥੇ ਐਨ ਸਾਡੇ ਕੋਲ ਆਰਡਰ ਹੁੰਦਾ ਐਨ ਕੀ ਹੁੰਦਾ ਭਾਈ ਆਰਡਰ ਹੁੰਦਾ ਕਹਿੰਦਾ ਇਹ ਇੱਥੇ ਲਿਖਿਆ ਹੀ ਹੋਇਆ ਚਲੋ ਤੇ ਆ ਕਿੰਨਾ ਆਰਡਰ ਦਿੱਤਾ ਹੋਇਆ ਇੱਥੇ 3 ਆਰਡਰ ਹੈ 3x3 ਨੋ ਨਾਂ ਵਾਲੇ ਉਹ 3 ਆਰਡਰ ਹੈ ਤਾਂ ਡਿਟਰਮਨ ਕਿੰਨਾ ਆਜੂਗਾ 3 1 ਕਿੰਨਾ ਆਜੂਗਾ 2 ਆਜੂਗਾ ਤਾਂ ਇਹ ਉਹਦਾ ਕਰੈਕਟ ਆਪਸ਼ਨ ਹੋਣਾ ਲਾ ਅਗਲਾ ਹੈ ਕਹਿੰਦਾ ਡਾਇਗਨਲ ਲਾਈਨ ਮੇ 5 2 1 ਹੈ ਡਿਟਰਮਨੈਂਟ ਕਰਨਾ ਡਾਇਗਨਲ ਲਾਈਨ ਮਤਲਬ ਰੈਸਟ ਆਫ ਦਾ ਐਲੀਮੈਂਟ ਦੋ ਜ਼ੀਰੋ ਨੇ ਤਾਂ ਡਿਟਰਮਨੈਂਟ ਨਹੀਂ ਜਸ ਇਹਨਾਂ ਨੂੰ ਮਲਟੀਪਲਾਈ ਕਰ ਦੋ 5 2 ਦਾ 10 10 1 ਦਾ 10 ਤਾਂ ਕਰੈਕਟ ਆਪਸ਼ਨ ਕੀ ਹੋਊਗਾ 10 ਹੋਊਗਾ ਪਲੱਸ ਨਾ ਕਰ ਰਹੇ ਹੋ ਪਹਿਲੇ ਮਨਸੋ ਹੁਣ ਦੇਖੋ ਆ ਕੀ ਕਹਿੰਦਾ ਇਹ 1 ਮਾਰਕਸ ਦਾ ਕੁਐਸਚਨ ਹੈ ਸਿੰਪਲ ਤਰੀਕੇ ਨਾਲ ਕਰ ਦਿੰਨਾ ਮੈਨੂੰ ਠੀਕ ਹੈ ਜੀ ਜੇ 2 ਮਾਰਕਸ ਦਾ ਹੁੰਦਾ ਫਿਰ ਫਰਦਰ ਇਹਨੂੰ ਹੋਰ ਡਿਟੇਲ ਕਰਨੀ ਪੈਣੀ ਸੀ ਕਹਿੰਦਾ 5 ਦੇ ਉੱਤੇ ਫੰਕਸ਼ਨ ਕੰਟੀਨਿਊਸ ਹੈ 5 ਦੇ ਫੰਕਸ਼ਨ ਕੰਟੀਨਿਊਸ ਹੈ ਦੋ 15 5 ਕਿੰਨਾ ਹੋਗਾ 10 ਹੋ ਗਿਆ ਸੋ ਕੇ ਦੀ ਵੈਲਿਊ ਸੋਲਵ ਕਰ ਲੋ 10 1 ਅਪੋਂਡ ਵਿੱਚ ਕਿੰਨਾ ਆ ਜਾਊਗਾ 5 ਯਾਨੀ 9/5 ਖੜਕਾ ਦਿਓ ਇਹ ਅਨਸਰ ਕਿੱਥੇ ਆ ਪਿਆ ਭਾਈ ਡਨ ਹੋ ਗਿਆ ਜੀ ਅਗਲਾ sin 2x 3x ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਨਾ ਆਪਾਂ ਇਧਰਲੇ ਪਾਸੇ ਕਰ ਲਈਏ ਐਂ ਕੋ ਦਿੱਤਾ ਹੋਇਆ ਸੀਗਾ sin 3x 2x ਤੇ ਇੱਥੇ x ਸ਼ਾਇਦ ਪਤਾ ਨਹੀਂ ਲੈਸ ਦਨ ਸੀਗਾ ਕੀ ਸੀਗਾ 1 ਸੈਕਿੰਡ ਰੁਕੋ ਇੱਥੇ ਸੀਗਾ x ਦੀ ਵੈਲਿਊ ਲੈਸ ਦਨ ਇਕੁਅਲ ਟੂ 5 ਸੀਗੀ ਆ x ਟਰਨ 5 ਆ ਗਈ ਠੀਕ ਹੈ ਭਾਈ ਤੇ ਅਗਲਾ ਦਿੱਤਾ ਹਾਂ m 1x 5 m 1 ਤੇ x 5 ਈਜ਼ੀ ਦਾ ਕੁਐਸਚਨ ਹੈ ਕੋਈ ਐ ਨਹੀਂ ਹੈਗੀ ਤਾਂ ਤੇ ਦੋਨੋਂ ਹੀ ਅਗਰ ਕੰਟੀਨਿਊਸ ਹੈ ਤਾਂ ਇੱਕ ਚੀਜ਼ ਦੇਖੋ ਆਪਾਂ ਇਹਨੂੰ ਕਿਵੇਂ ਸੋਲਵ ਕਰਾਂਗੇ ਲਿਮਿਟ x ਟੈਂਡ ਟੂ 5 ਨੈਗੇਟਿਵ ਫੰਕਸ਼ਨ ਕਿਹੜਾ ਆ ਗਿਆ sin x 2x ਠੀਕ ਆ ਜੀ ਹੁਣ ਮੈਂ ਇਹਨੂੰ ਇਦਾਂ ਲਿਖ ਲਾਂ ਲਿਮਿਟ x ਟੈਂਡ ਟੂ 5 ਨੈਗੇਟਿਵ sin 3x x ਜਿਹੜਾ ਨੀਚੇ ਆ ਕਨਸਟੈਂਟ ਦੂ ਸੀਗਾ ਉਹਨੂੰ ਆਪਾਂ ਬਾਹਰ ਰੱਖ ਲਿਆ ਹੁਣ ਇੱਥੇ ਮੈਂ 3 ਨਾਲ ਮਲਟੀਪਲਾਈ ਕੀਤਾ ਇੱਥੇ ਵੀ 3 ਨਾਲ ਮਲਟੀਪਲਾਈ ਕੀਤਾ ਹੁਣ ਅਗੇ 3/2 ਨੂੰ ਮੈਂ ਬਾਹਰ ਕੱਢ ਲਿਆ ਲਿਮਿਟ ਕੀ ਬਚੂਗੀ x ਟੈਂਡ ਟੂ 5 3 sin 3x upon 3x ਹੁਣ ਆਪਾਂ ਜਾਣਦੇ ਆਂ ਅਗਰ ਆ ਦੋਨੋਂ ਸੇਮ ਹੁੰਦਾ ਤਾਂ ਆਹ ਅਨਸਰ ਕਿੰਨਾ ਹੁੰਦਾ 1 ਹੁੰਦਾ ਤੇ ਇੱਥੋਂ 3/2 ਆ ਗਈ ਹੁਣ ਸਿੰਪਲ ਜੀ ਗੱਲ ਹੈ ਦੋਨੋਂ ਅਗਰ ਕੰਟੀਨਿਊਸ ਹੈ ਯਾਨੀ m 1 ਤੇ 3/2 ਦੋਨੋਂ ਇਕੁਅਲ ਹੋਣਗੇ ਤਾਂ m ਕਿੰਨਾ ਆ ਗਿਆ 3/2 ਦਾ 1 ਆ ਗਿਆ ਠੀਕ ਹੈ ਜੀ ਇਹਨੂੰ ਫਾਦਰ ਕੈਲਕੂਲੇਸ਼ਨ ਕਰ ਲੋ ਕਿੰਨਾ ਆ ਜੂਗਾ m 3 2/2 ਯਾਨੀ 5/2 ਇਹਦਾ ਕੀ ਹੋ ਗਿਆ கரੈਕਟ ਆਪਸ਼ਨ ਹੋ ਗਿਆ ਕਿੱਥੇ ਆ 5/2 5/2 ਆਪਸ਼ਨ ਜੀ ਨਹੀਂ ਹੈਗਾ ਕੁਝ ਮਿਸਟੇਕ ਕਰੀ ਆ ਜਸਟ 1 ਸੈਕਿੰਡ ਇੱਕ ਵਾਰ ਆਪਾਂ ਚੈੱਕ ਕਰ ਲਈਏ हां जी देखो आपा ना क्वेश्चन ਦੇ ਵਿੱਚ ਥੋੜੀ ਜਿਹੀ ਮਿਸਟੇਕ ਲੈ ਲਈ ਉੱਪਰ 2x ਸੀਗਾ ਇੱਥੇ 3x ਸੀਗਾ ਮੈਂ ਤੁਹਾਨੂੰ ਕੀ ਲਿਖਤਾ ਇੱਥੇ 3 ਤੇ ਸੇ 2 ਕਰਤਾ ਠੀਕ ਹੈ ਜੀ ਥੋੜੀ ਜਿਹੀ ਫਰਦਰ ਜੀ ਚੇਂजेस ਹੋਣੀਆਂ ਨੇ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਬਸ ਇੱਥੇ ਕਿੰਨਾ ਆ ਜੂਗਾ 2 ਆ ਜੂਗਾ ਇਹਨੂੰ ਥੋੜਾ ਵੱਡਾ ਕਰ ਲਈਏ ਆ ਆਹਾਂ ਬਾਕੀ ਕੁਸ਼ਨ ਅੰਡਰਸਟੈਂਡ ਹੋ ਗਿਆ ਨਾ ਇੱਥੇ 2 ਆਉਣਾ ਸੀ ਇੱਥੇ 3 ਆਉਣਾ ਸੀ ਚੀਜ਼ਾਂ ਨੂੰ ਥੋੜਾ ਜਣਾ ਜਸਟੀਫਾਈ ਕਰ ਲਿਓ ਤਾਂ ਇੱਥੇ 3 ਕਾਮਨ ਆਊਗਾ ਠੀਕ ਹੈ ਭਾਈ ਇੱਥੇ ਦੋ ਬਚਣਾ ਫਿਰ ਇੱਥੇ ਦੋ ਨਾਲ ਮਲਟੀਪਲਾਈ ਹੋਣਾ ਤਾਂ ਇੱਥੇ ਦੋ ਆਪ ਬਾ ਯਾਨੀ ਇੱਥੇ 2/3 ਬਚਣਾ ਹੈ ਬਸ ਅਦਰ ਰੈਸੀਪਰੋਕ ਸਮਝ ਲੋ ਇੱਕ ਚੀਜ਼ ਦਾ ਠੀਕ ਹੈ ਜੀ ਤਾਂ ਹੁਣ ਇਹਨੂੰ ਸੋਲਵ ਕਰ ਲਓ m 2/3 ਦਾ 1 ਆ ਗਿਆ ਤਾਂ m ਕਿੰਨਾ ਆ ਜੂਗਾ 5/3 ਇਹਦਾ கரੈਕਟ ਆਪਸ਼ਨ ਹੋ ਜੂਗਾ ਤੁਹਾਨੂੰ ਮੈਥਡ ਕਲੀਅਰ ਸੀ ਇਸ ਵਾਰ ਕੋਈ ਕਰਾ ਲਈ ਨਹੀਂ ਗੱਲ ਹੈਗੀ 5/3 ਤਾਂ ਆਪਸ਼ਨ D ਇਹਦਾ கரੈਕਟ ਆਪਸ਼ਨ ਹੋ ਗਿਆ ਨੈਕਸਟ ਹੈ x is equal to 280 plus y 80^2 d and dy dx ਕਰਨਾ ਹੈ ਤਾਂ ਬੱਚੇ ਇਹ ਬੜਾ ਈਜ਼ੀ ਜਿਹਾ ਕੁਐਸਚਨ ਹੈ ਹਨਾ ਦੋਨਾਂ ਨੂੰ ਬਸ ਡਿਫਰੈਂਸ਼ੀਏਟ ਹੀ ਕਰਨਾ ਹੁੰਦਾ ਹੋਰ ਤਾਂ ਕੁਝ ਨਹੀਂ ਕਰਨਾ ਹੁੰਦਾ x^2 ਤਾਂ 280 x ਦਿੱਤਾ ਹੈ 2a t ਤੇ y ਦਿੱਤਾ ਹੈ ਕਿੰਨਾ 80 ਦਾ ਸਕੁਅਰ ਆਪਾਂ ਫਾਈਂਡ ਕੀ ਕਰਨਾ ਹੈ dy/dx ਤਾਂ ਡਿਫਰੈਂਸ਼ੀਏਟ ਕਰੋ ਕਿਉਂਕਿ ਵੀ ਇਸ ਫੰਕਸ਼ਨ ਕੀ ਦਾ t ਦਿੱਤਾ ਦਾ ਰਿਸਪੈਕਟ ਟੂ t ਡਿਫਰੈਂਸ਼ੀਏਟ ਕਰਾਂਗੇ 2a ਆ ਜਾਏਗਾ ਅਗੈਂ dy/dt ਦੀ ਗੱਲ ਨੂੰ ਕਰੂੰਗਾ ਤਾਂ 2 ਅੱਗੇ ਆ ਜਾਏਗਾ ਕਿੰਨਾ ਆ ਜਾਏਗਾ 2a t ਆ ਗਿਆ ਠੀਕ ਹੈ ਜੀ ਜੇ ਆਪਾਂ dy/dx ਫਾਈਂਡ ਕਰਨਾ ਹੈ ਤਾਂ dy/dt ਨੂੰ ਕਿਹਦੇ ਨਾਲ ਡਿਵਾਈਡ ਕਰਨਾ ਪਊਗਾ dx/dt ਨਾਲ ਸਾਨੂੰ ਕੀ ਕਰਨਾ ਪਊਗਾ ਡਿਵਾਈਡ ਕਰਨਾ ਪਊਗਾ ਯਾਨੀ 2at 2a ਕੱਟਾ ਜਾਏਗਾ ਤਾਂ ਖਾਲੀ ਜਾਸ ਆਨਸਰ ਕੀ ਆ ਰਿਹਾ t ਆਪਸ਼ਨ ਆਨਸਰ ਆ ਰਿਹਾ ਕਿੱਥੇ ਆਪਸ਼ਨ ਆ ਬਈ ਆਪਸ਼ਨ ਠੀਕ ਹੈ ਜੀ ਨੈਕਸਟ ਹੈ y x a ਤੇ x a ਦਾ ਡੈਰੀਵੇਟਿਵ ਕਰਨਾ ਹੋਣਾ கான்ਸਟੈਂਟ ਆ a mũਰੇ ਆ ਜਾਊਗਾ x a 1 ਹੋ ਜਾਊਗਾ a x a ਇ ਕਰੈਕਟ ਆਪਸ਼ਨ ਹੈ ਰੇਟ ਆਫ ਚੇਂਜ ਆਫ ਏਰੀਆ ਆਫ ਸਰਕਲ ਵਿਦ ਰਿਸਪੈਕਟ ਟੂ ਰੇਡੀਅਸ ਹੁਣ ਕੀ ਦਾ ਰੇਟ ਪੁੱਛ ਰਿਹਾ ਏਰੀਆ ਤਾਂ ਭਾਈ ਏਰੀਆ ਆਫ ਸਰਕਲ ਏਰੀਆ ਆਫ ਸਰਕਲ ਦਾ ਫਾਰਮਾ ਕੀ ਹੁੰਦਾ πr 2 ਵਿਦ ਰਿਸਪੈਕਟ ਟੂ ਰੇਡੀਅਸ ਚੇਂਜ ਕਰਨਾ ਤਾਂ ਮੇਰੇ ਬੱਚੋ da dr ਤੁਸੀਂ ਫਾਈਂਡ ਕਰੋਗੇ ਕਿੰਨਾ ਆ ਜਾਏਗਾ 2πr ਆ ਜਾਏਗਾ ਤੇ 2πr ਦੀ ਵੈਲਿਊ ਕਿੰਨੀ ਦਿੱਤੀਆਂ 6 ਦਿੱਤੀਆਂ 2π ਇੱਥੇ 6 ਪਾ ਦੋ 6 2 ਕਿੰਨਾ ਹੋ ਗਿਆ 12π ਤਾਂ ਕ ਫਾਈਨਲ ਆਨਸਰ ਹੈ ਇਫ ਐਕਸ ਇਜ਼ ਅ ਰੀਅਲ ਨੰਬਰ ਫਾਈਂਡ ਦਾ ਮਿਨੀਮਮ ਵੈਲਿਊ ਆਫ ਐਕਸ ਸਕੁਅਰ ਮਿਨੀਮਮ ਵੈਲਿਊ ਆਪਾਂ ਕੀ ਕਰਨੀ ਆ ਦੀ ਫਾਈਂਡ ਕਰਨੀ ਆ ਤੇ ਚਲੋ ਐਕਸ ਸਕੁਅਰ ਮਾਈਨਸ 8ਐਕਸ ਪਲੱਸ 17 ਐਕਸ ਸਕੁਅਰ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਮਿਨੀਮਮ ਵੈਲਿਊ ਫਾਈਂਡ ਹੁੰਦੀ ਆ ਐਕਸ ਸਕੁਅਰ ਮਾਈਨਸ 8ਐਕਸ ਪਲੱਸ 17 ਹੋ ਗਿਆ ਦੋ ਤਰੀਕੇ ਹੁੰਦੇ ਨੇ ਇਹਨੂੰ ਫਾਈਂਡ ਕਰਨ ਦੇ ਇੱਕ ਤਾਂ ਵਿਦਆਊਟ ਡੈਰੀਵੇਟਿਵ ਹੁੰਦਾ ਬਟ ਆਪਾਂ ਵਿਦਆਊਟ ਡੈਰੀਵੇਟਿਵ ਕਿ ਹੋ ਜਾਣਾ ਤੇ ਆਪਾਂ ਵਿਦ ਡੈਰੀਵੇਟਿਵ ਵਿੱਚ ਫਾਈਂਡ ਕਰ ਲੈਂਦੇ ਨੇ ਮਿਨੀਮਮ ਵੈਲਿਊ ਕੀ ਆ ਇਹ ਆ ਆ ਆ 8 ਆ ਗਿਆ ਤਾਂ ਕ੍ਰਿਟੀਕਲ ਪੁਆਇੰਟ ਫਾਈਂਡ ਕਰਨੇ ਹੁੰਦੇ ਆ 2x 2 8 ਨੂੰ ਇਕੁਅਲ ਟੂ 0 ਰੱਖ ਦੋ ਤਾਂ ਇੱਥੇ x ਦੀ ਵੈਲਿਊ ਸਾਡੇ ਕੋਲ ਕਿੰਨੀ ਆਜੂਗੀ 4 ਆਜੂਗੀ 8 ਡਿਵਾਈਡ ਕਰਤਾ ਠੀਕ ਹੈ ਜੀ ਹੁਣ ਆ ਵਿਅਸਥਾ x ਦੀ ਵੈਲਿਊ ਇੱਥੇ 4 ਆਪਸ਼ਨ ਦੇ ਵਿੱਚ ਹੋਊਗਾ ਮੈਨ ਲੱਗਦਾ ਕਿੱਥੇ ਆ x ਦੀ ਵੈਲਿਊ 4 ਨਹੀਂ ਹੈ ਕਿ ਇੱਕ ਵਾਰ ਚੈੱਕ ਕਰ ਲਓ ਕੋਈ ਕੈਲਕੂਲੇਸ਼ਨ ਦੇ ਮਿਸਟੇਕ ਤਾਂ ਨਹੀਂ ਹੈ 8 ਆ ਗਿਆ 2 ਆ ਗਿਆ ఎవਰੀਥਿੰਗ ਇਜ਼ ਫਾਈਨ x ਦੀ ਵੈਲਿਊ ਸਾਡੇ ਕੋਲ ਕਿੰਨੀ ਆਈ 4 ਆ ਲੇਕਿਨ ਕੁਐਸਚਨ ਦੇ ਵਿੱਚ ਸਾਨੂੰ ਆ ਨਹੀਂ ਪੁੱਛਿਆ ਹੋਇਆ ਉਹਨੇ ਮਿਨੀਮਮ ਵੈਲਿਊ ਪੁੱਛੀ ਹੋਈ ਤੇ ਉਥੇ ਵੈਲਿਊ ਸੀਗੀ ਤਾਂ ਵੈਲਿਊ ਫਾਈਂਡ ਕਰਨ ਲਈ ਬੱਚੇ ਕੀ ਕਰੋਗੇ ਜਿਹੜੀ x ਦੀ ਵੈਲਿਊ ਕਿਦੋਂ 4 ਆਈ ਹੈ ਬਸ ਆ ਫੰਕਸ਼ਨ ਦੇ ਵਿੱਚ ਕੀ ਕਰ ਦੋ ਟਕਾ ਦਿਓ ਯਾਨੀ 4 ਦਾ ਸਕਰ 8 ਦੇ ਤੱਕ ਕਿੰਨਾ ਆ ਗਿਆ 4 ਦਾ ਕਿੰਨਾ ਆ ਗਿਆ 17 ਆ ਗਿਆ 16 ਆ ਗਿਆ ਮਾਈਨ ਆੜ ਚੁੱਕੇ 32 10 17 ਠੀਕ ਹੈ ਜੀ ਇੱਥੋਂ ਆਵੋਗੇ ਮਾਈਨਸ ਦਾ ਕਿੰਨਾ ਆ ਜੂਗਾ 32 16 16 10 17 ਤੇ 1 ਕੀ ਆ ਜੂਗਾ ਇਹਦਾ ਕਰੈਕਟ ਆਪਸ਼ਨ ਆ ਜੂਗਾ ਕੀ ਆ ਗਿਆ 1 1 ਕੀ ਹੈ ਦੀ ਮਿਨੀਮਮ ਵੈਲਿਊ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੋ x y 2 x 0 y 0 ਇਸ ਦਾ ਪੁਆਇੰਟ ਐਟ ਵਿਚ ਪੁਆਇੰਟ ਥ मैक्सिमम वैल्यू ऑफ दिस फंक्शन मीडियम टू देखो एडा छोटा याक प्यारा या नन्ना या मुनाक ग्राफ बना लियो देखो एक्स 0 রাখো گے ਤਾਂ y ਦੀ ਵੈਲਿਊ 2y 0 ਤਾਂ ਇਦਾਂ ਆ ਜੂਗਾ ਯਾਨੀ ਆ ਪੁਆਇੰਟ ਕੀ ਹੋਊਗਾ 0,2 ਤੇ ਆ ਪੁਆਇੰਟ ਕੀ ਹੋਊਗਾ 0,2,0 ਹੁਣ ਆਪਾਂ ਇਹਦੀ ਕੀ ਫਾਈਂਡ ਕਰਨੀ ਹੈ ਛੇਡਡਡ ਰੀਜਨ ਕਰੋਗੇ ਤਾਂ ਆਬਵੀਅਸਲੀ ਇਹਦੇ ਵਾਸ ਹੀ ਆਏਗਾ ਮੈਕਸਿਮ ਵੈਲਿਊ ਤਾਂ ਹੁਣ ਦੇਖੋ ਇੱਕ ਤਰ੍ਹਾਂ ਸੇ 00 ਪਾਉਂਗੇ ਆ ਜਿਹੜਾ ਛੇਡਡਡ ਰੀਜਨ ਦਾ ਆਜੂਗਾ 00 ਪਾਉਂਗੇ ਯਾਨੀ ਇੱਕ ਵੈਲਿਊ 0 ਆਏਗੀ ਇੱਕ ਵਾਰ x ਵੈਲਿਊ 0 y ਵੈਲਿਊ 2 ਪਾਉਂਗੇ ਇੱਕ ਵੈਲਿਊ 4 ਆਉਗੀ ਇੱਕ ਵਾਰ ਹੀ x ਵੈਲਿਊ 2 ਪਾਉਂਗੇ ਤਾਂ 6 ਆ ਜੂਗੀ ਹੈਨਾ ਮੈਕਸਿਮ ਵੈਲਿਊ ਨੇ ਪੁੱਛੀ ਜੀ ਕਿੰਨੀ ਆएगी 6 ਦੇ 2 ਕਮਾ 0 ਤੇ ਕਿੰਨੀ ਆ ਰਹੀ ਹੈ 6 ਆ ਰਹੀ ਹੈ ਤਾਂ ਮੈਕਸਿਮ ਵੈਲਿਊ ਅਟੇਂਡ ਐਟ 2 ਕਮਾ 0 ਠੀਕ ਹੈ ਜੀ ਕਰੈਕਟ ਹੋ ਗਿਆ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਸਾਡੇ ਕੋਲ ਆ ਪ੍ਰਿੰਸੀਪਲ ਵੈਲਿਊ ਆਫ sin ਇਨਵਰਸ 1/√2 ਹੁਣ sin ਦੀ ਵੈਲਿਊ 1/√2 ਕਿਹੜੇ ਐਂਗਲ ਤੇ ਹੁੰਦੀ ਆ π/4 ਤੇ ਹੁੰਦੀ ਆ ਤਾਂ π/4 ਦਾ ਕਰੈਕਟ ਆਪਸ਼ਨ ਹੋ ਗਿਆ ਡੈਸ਼ ਮੈਟ੍ਰਿਕਸ ਇਜ਼ ਸਮੈਟ੍ਰਿਕ ਐਜ਼ ਵੈਲ ਐਸਕਿਊ ਸਮੈਟ੍ਰਿਕ ਕਿਹੜੀ ਮੈਟ੍ਰਿਕ ਹੁੰਦੀ ਆ ਭਾਈ ਉਹ ਜ਼ੀਰੋ ਮੈਟ੍ਰਿਕਸ ਕਿਹੜੀ ਮੈਟ੍ਰਿਕ Z E R O ਜਿਹੜੀ ਜ਼ੀਰੋ ਮੈਟ੍ਰਿਕਸ ਹੁੰਦੀ ਆ ਉਹ ਇੱਕ ਇਹੋ ਜੀ ਮੈਟ੍ਰਿਕਸ ਆ ਜਿਹੜੀ ਸਮੈਟ੍ਰਿਕ ਵੀ ਹੈ ਤੇ ਐਜ਼ ਵੈਲ ਕੀ ਐ ਐਸਕਿਊ ਸਮੈਟ੍ਰਿਕ ਵੀ ਹੈ ਮੋਰਨ x y e 7 d 7 0, dy by by dx ਤਾਂ ਦੇਖੋ x ਦਾ ਡੈਰੀਵੇਟਿਵ ਕਰਾਂਗੇ ਬੱਚੇ ਕਿੰਨਾ ਆ ਜੂਗਾ 1 ਆ ਜੂਗਾ y ਦਾ ਕਿੰਨਾ ਆ ਜੂਗਾ dy dx ਹੁਣ e 7 ਦਾ ਕੀ ਆ ਕਨਸਟੈਂਟ ਆ ਕਨਸਟੈਂਟ ਡੈਰੀਵੇਟ 0 ਤਾਂ dy dx ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ ਮਾਈਨਸ ਦਾ 1 ਆ ਗਈ ਇੱਥੇ ਆਨਸਰ ਕਿੰਨਾ ਆ ਜੂਗਾ ਕਰੈਕਟ ਮਾਈਨਸ ਦਾ 1 ਆ ਜੂਗਾ ਲੌਗਰਿਥਮਿਕ ਫੰਕਸ਼ਨ ਇਜ਼ ਡੈਸ਼ ਔਨ ਥਿਸ ਕਿਹਨੜਾ ਲੌਗਰਿਥਮਿਕ ਫੰਕਸ਼ਨ ਹੁੰਦਾ ਕੰਟੀਨਿਊਸ ਹੁੰਦੇ ਨੇ ਕੀ ਹੁੰਦੇ ਨੇ ਕੰਟੀਨਿਊਅਸ 0 ਤੋਂ ਲੈ ਕੇ ਇਨਫਿਨਿਟੀ ਤੱਕ ਫੰਕਸ਼ਨ ਹਮੇਸ਼ਾ ਕੀ ਰਹਿੰਦਾ ਕੰਟੀਨਿਊਸ ਫੰਕਸ਼ਨ ਰਹਿੰਦਾ ਇਸੇ ਕੰਟੀਨਿਊਸ ਲਿਖ ਦਾਂਗੇ ਇਨ ਐਲ ਪੀ ਪੀ ਆਬਜੈਕਟਿਵ ਫੰਕਸ਼ਨ ਆਲਵੇਸ ਐਲ ਪੀ ਪੀ ਦੇ ਵਿੱਚ ਬੱਚੇ ਆ ਜਿਹੜਾ ਫੰਕਸ਼ਨ ਦੀ ਗੱਲ ਕਰਦੇ ਆ ਜਿਹੜਾ ਇਨ ਐਲ ਪੀ ਪੀ ਜਿਹੜਾ ਆਬਜੈਕਟਿਵ ਫੰਕਸ਼ਨ ਹੁੰਦਾ ਆ ਹੁੰਦਾ ਤੁਹਾਡਾ ਆਬਜੈਕਟਿਵ ਫੰਕਸ਼ਨ ਬੇਸਿਕਲੀ ਕਹਿੰਦਾ ਇਹ ਹਮੇਸ਼ਾ ਕੀ ਹੁੰਦਾ ਇਹ ਹਮੇਸ਼ਾ ਲੀਨੀਅਰ ਹੁੰਦਾ ਇਹ ਹਮੇਸ਼ਾ ਕੀ ਮਿਲੂਗਾ ਤੁਹਾਨੂੰ ਲੀਨੀਅਰ ਹੀ ਮਿਲੂਗਾ ਆਬਜੈਕਟਿਵ ਫੰਕਸ਼ਨ ਇਜ਼ ਆਲਵੇਸ ਲੀਨੀਅਰ ਗੱਲ ਹੋ ਗਈ ਇੱਥੇ ਜਿਹੜੇ ਤੁਹਾਡੇ ਕੁਐਸਚਨ ਠੀਕ ਹੈ ਜੀ ਬਾਕੀ ਹੁਣ ਟੂ ਵੀ ਕੰਟੀਨਿਊ ਕਰਾਂਗੇ ਇਸ ਪਾਰਟ ਦੇ ਵਿੱਚ ਇੰਨਾ ਹੀ ਹੈ ਜੇ ਤੁਹਾਨੂੰ ਅਗਲਾ ਪਾਰਟ ਚਾਹੀਦਾ ਹੋਊਗਾ ਤਾਂ ਨੀਚੇ ਕਮੈਂਟ ਦੇ ਵਿੱਚ ਲਿਖਿਓ ਯੈਸ ਨੈਕਸਟ ਪਾਰਟ ਬਰਨ ਲਿਖ ਦਿਓ ਯੈਸ ਨੈਕਸਟ ਪਾਰਟ ਠੀਕ ਹੈ ਜੀ ਜੇਕਰ ਤੁਹਾਡੇ ਕਮੈਂਟ ਹੋਣਗੇ ਤਾਂ ਦਾ ਬੱਚੇ ਨੈਕਸਟ ਪਾਰਟ ਅਪਲੋਡ ਕਰਵਾ ਦੇਗੇ ਆਦਰਵਾਇਸ ਠੀਕ ਹੈ ਇੰਨਾ ਤੁਸੀਂ ਪੜ ਲਿਆ ਮੋਰ ਥੈਨ ਸਫੀਸ਼ੀਐਂਟ ਹੈ ਤੁਹਾਡੇ ਲਈ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਅਗਰ ਵੀਡੀਓ ਬੱਚੀ ਲੱਗੀ ਹੋਈ ਹੈ ਤਾਂ ਮੈਕਸਿਮ ਸਬਸਕ੍ਰਾਈਬ ਕਰੋ ਠੀਕ ਹੈ ਜੀ ਮੈਕਸਿਮ ਸਬਸਕ੍ਰਾਈਬ ਕਰੋ ਫਰੈਂਡਸ ਨਾਲ ਸ਼ੇਅਰ ਕਰ ਦਿਓ ਠੀਕ ਹੈ ਚੈਨਲ ਨੂੰ ਲਾਈਕ ਕਰ ਦਿਓ ਅਗਰ ਸਬਸਕ੍ਰਾਈਬ ਸ਼ੇਅਰ ਲਾਈਕ ਮਿਲਣਗੇ ਕਮੈਂਟ ਤੁਸੀਂ ਕਰ ਦੋਗੇ ਯਸ ਨੈਕਸਟ ਵੀਡੀਓ ਦੈਨ ਡੈਫੀਨਿਟਲੀ ਜਿਹੜਾ ਨੈਕਸਟ ਪਾਰਟ ਆ ਜਿਹੜਾ 2 ਮਾਰਕਸ ਦੇ ਆ ਕੁਐਸ਼ਨਸ 4 ਮਾਰਕਸ ਦੇ 6 ਮਾਰਕਸ ਦੇ ਪ੍ਰੋਪਰ ਵੇ ਨਾਲ ਹਰ ਇੱਕ ਕੁਐਸ਼ਨ ਨੂੰ ਐਕਸਪਲੇਨੇਸ਼ਨ ਦੇ ਵਿੱਚ ਤੁਹਾਨੂੰ ਵੀਡੀਓ ਵਿੱਚ ਪ੍ਰੋਵਾਈਡ ਕਰ ਦੂੰਗਾ ਠੀਕ ਹੈ ਜੀ ਬਟ ਸ਼ਰਤ ਉਹੀ ਹੈ ਕਿ ਹਾਂ ਵੀ ਇਸ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਕਰੋ ਯਸ ਸਰ ਤੇ ਆਪਣੇ ਫ